ਜਿਸ ਤਰ੍ਹਾਂ ਤੁਸੀਂ ਪਿਛਲੇ ਦਿਨੀ ਦੇਖਿਆ ਹੋਊਗਾ ਕਿ ਇੰਡੋਨੇਸ਼ੀਆ ਦੇ ਵਿੱਚ ਜੀ-20 ਸੰਮੇਲਨ ਹੋਇਆ ਸੀ ਸਾਡੇ ਪ੍ਰਧਾਨ ਮੰਤਰੀ ਵੀ ਉੱਥੇ ਗਏ ਹੋਏ ਸੀ ਪੂਰੀ ਦੁਨੀਆ ਦੇ ਵੱਡੇ-ਵੱਡੇ ਦੇਸ਼ਾਂ ਦੇ ਪ੍ਰਧਾਨ ਮੰਤਰੀ 20 ਦੇਸ਼ਾਂ ਦੇ ਪ੍ਰਧਾਨ ਮੰਤਰੀ ਤੇ ਵਿੱਚ ਯੂਰਪੀਅਨ ਯੂਨੀਅਨ ਦੇ ਜਿਹੜੇ ਬਹੁਤ ਵੱਡੇ-ਵੱਡੇ ਡਿਸੀਜਨ ਮੇਕਰ ਜਿਹੜੇ ਉਹਨਾਂ ਕੰਟਰੀਆਂ ਦੇ ਉਹ ਜਿਹੜੇ ਨੇ ਉੱਥੇ ਹੈ ਆਏ ਸੀ ਤੇ ਮੈਂ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ ਇੱਕ ਪ੍ਰਪੋਜ਼ਲ ਰੱਖੀ ਸੀ ਕਿਉਂਕਿ ਉਹਦਾ ਚੇਅਰਮੈਨ ਹੁਣ ਇੰਡੀਆ ਬਣ ਗਿਆ ਆਪਣਾ ਦੇਸ਼ 30 ਨਵੰਬਰ ਤੋਂ ਜੀ20 ਦੇ ਮੁਲਕਾਂ ਦਾ ਚੇਅਰਮੈਨ ਹੋਊਗਾ ਤੇ ਸੱਬਮਿਟ ਜਿਹੜੇ ਨੇ ਉਹ ਭਾਰਤ ਦੇ ਵਿੱਚ ਹੋਣਗੇ ਬਹੁਤ-ਬਹੁਤ ਅਲੱਗ-ਅਲੱਗ ਵਿਸ਼ਿਆਂ ਤੇ ਤੇ ਮੈਨੂੰ ਦੱਸਦਿਆਂ ਅੱਜ ਇਸ ਪਵਿੱਤਰ ਧਰਤੀ ਤੇ ਮੈਨੂੰ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ 14 15 ਮਾਰਚ ਨੂੰ 14 ਤੇ 15 ਮਾਰਚ ਨੂੰ ਐ ਐਜੂਕੇਸ਼ਨ ਸਿੱਖਿਆ ਦੇ ਮੁੱਦੇ ਤੇ G20 ਸਮੇਲਨ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਊਗਾ ਤੇ ਅਸੀਂ ਉਹਦੀਆਂ ਤਿਆਰੀਆਂ ਕਰ ਰਹੇ ਆ ਇੱਥੇ ਵੀ ਅਸੀਂ ਉਹਨਾਂ ਨੂੰ ਲੈ ਕੇ ਆਵਾਂਗੇ ਵੱਖ-ਵੱਖ ਮੁਲਕਾਂ ਦੇ ਜਿਹੜੇ ਨੁਮਾਇੰਦੇ ਨੇ ਅਸੀਂ ਉਹਨਾਂ ਨੂੰ ਆਪਣਾ ਕਲਚਰ ਵੀ ਦਿਖਾਵਾਂਗੇ ਅਸੀਂ ਜੱਲਿਆਂ ਵਾਲਾ ਬਾਗ ਵੀ ਦਿਖਾਵਾਂਗੇ ਅਸੀਂ ਦੁਰਗਿਆਣਾ ਮੰਦਿਰ ਵੀ ਦਿਖਾਵਾਂਗੇ ਅਸੀਂ ਦਰਬਾਰ ਸਾਹਿਬ ਵੀ ਲੈ ਕੇ ਜਾਵਾਂਗੇ ਬਾਗਾ ਬਾਰਡਰ ਵੀ ਦਿਖਾਵਾਂਗੇ ਵਾਰ ਮਿਊਜ਼ੀਅਮ ਵੀ ਦਿਖਾਵਾਂਗੇ ਔਰ ਉਦੋਂ ਤੱਕ ਸਾਗ ਚੱਲਦਾ ਰਹੂਗਾ ਤੇ ਸਾਗ ਵੀ ਖਵਾਵਾਂਗੇ ਤੇ ਬਹੁਤ ਵੱਡੀ ਗੱਲ ਹੈ ਕਿ ਪੰਜਾਬ ਨੂੰ ਇੱਕ ਬਹੁਤ ਵੱਡਾ ਇੰਟਰਨੈਸ਼ਨਲ ਇਵੈਂਟ ਮਿਲਿਆ ਔਰ ਇੱਕ ਨਹੀਂ ਦੋ ਦੂਜਾ ਵੀ ਅੰਮ੍ਰਿਤਸਰ ਚ ਹੋਊਗਾ ਤੇ ਇਹ ਹੋਊਗਾ ਜੂਨ ਦੇ ਤੀਜੇ ਹਫ਼ਤੇ ਦੇ ਵਿੱਚ ਲੇਬਰ ਤੇ ਲੇਬਰ ਇਸ਼ੂ ਤੇ ਸੋ ਇਹ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਸਾਡੇ ਪੰਜਾਬ ਲਈ ਵੀ ਅੰਮ੍ਰਿਤਸਰ ਸਾਹਿਬ ਤਾਂ ਪੂਰੀ ਦੁਨੀਆ ਚ ਪਹਿਲਾਂ ਹੀ ਬਹੁਤ ਸ਼ਿਖਰਾਂ ਤੇ ਹੈ ਅੰਮ੍ਰਿਤਸਰ ਸਾਹਿਬ ਦੀ ਪਵਿੱਤਰਤਾ ਤਾਂ ਪੂਰੀ ਦੁਨੀਆ ਮੰਨਦੀ ਹੈ ਪਰ ਜੀ 20 ਵਰਗੇ ਸੰमेलन ਇੰਟਰਨੈਸ਼ਨਲ ਸੰमेलन ਜਦੋਂ ਹੋਣਗੇ ਹੋਰ ਵੀ ਟੂਰਿਜ਼ਮ ਨੂੰ ਜਾਂ ਲੋਕਾਂ ਨੂੰ ਸਾਡੇ ਕਲਚਰ ਬਾਰੇ ਸਾਡੇ ਬੋਲੀ ਬਾਰੇ ਸਾਡੇ ਵਿਰਸੇ ਬਾਰੇ ਪਤਾ ਲੱਗੂਗਾ ਸੋ ਅਸੀਂ 14 15 ਮਾਰਚ ਦੀ ਤਿਆਰੀ ਵੀ ਕਰ ਰਹੇ ਆਂ ਪ੍ਰਸ਼ਾਸਨ ਲੈਵਲ ਤੇ ਤੁਹਾਡੇ ਤੋਂ ਵੀ ਸਹਿਯੋਗ ਮੰਗਾਗੇ ਉਹਨਾਂ ਨੂੰ ਗੁਰੂ ਨਾਨਕ ਦੇਵ ਜੁਨੀਵਰਸਿਟੀ ਚ ਵੀ ਲੈ ਕੇ ਆਵਾਂਗੇ ਉਹਨਾਂ ਨੂੰ ਖਾਲਸਾ ਕਾਲਜ ਵੀ ਲੈ ਕੇ ਜਾਵਾਂਗੇ ਪਿੰਡਾਂ ਜਾਣਾ ਚਾਹਣਗੇ ਤਾਂ ਪਿੰਡ ਵੀ ਦਿਖਾਵਾਂਗੇ ਉਹਨਾਂ ਨੂੰ ਸੋ ਇਸ ਕਰਕੇ ਇਹ ਬਹੁਤ ਵੱਡੀ ਗੱਲ ਹੈ ਤੇ ਜੀ 20 ਸੰਮੇਲਨ ਜਿਹੜਾ 14 15 ਮਾਰਚ ਨੂੰ ਅਮਰ ਜੀ ਸਾਹਿਬ ਹੋਊਗਾ ਤੇ ਉਹਦੇ ਵਿੱਚ ਆਪਾਂ ਸਾਰੇ ਮੇਜ਼ਬਾਨ ਬਣ ਕੇ ਆਪਾਂ ਇੱਕ ਐਸਾ ਪ੍ਰੋਗਰਾਮ ਕਰਨਾ ਕਿ ਉਹ ਉਹਨਾਂ ਨੂੰ ਇਹ ਲੱਗੇ ਕਿ ਹਾਂ ਇੱਕ 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 ਛੋਟੇ ਜਿਹੇ ਸੂਬੇ 'ਚ ਗਏ ਸੀ ਪਰ ਉੱਥੋਂ ਆਉਣ ਨੂੰ ਦਿਲ ਨਹੀਂ ਕਰਦਾ ਸੀ ਬਹੁਤ ਬਹੁਤ ਧੰਨਵਾਦ